Welcome to Milestone Online Study. I'm Professor Laf Singh and we're going to give you the best IELTS reading series especially in Punjabi. ਬੱਚੇ ਇੱਕ ਤਾਂ ਜਿੰਨਾਂ ਦੇ ਜਿੰਨੀ ਦੇਰ ਆਪਾਂ ਲਾਈਵ ਕਲਾਸਸ ਇਹਨਾਂ ਸਟਾਰਟ ਕਰਦੇ ਇਹਦੇ ਵਿੱਚ ਮੈਂ ਪੀਡੀਐਫ ਤੁਹਾਨੂੰ ਦਿਆ ਕਰੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਇਆ ਕਰੂਗਾ ਆਪਣੇ ਟੈਲੀਗ੍ਰਾਮ ਚੈਨਲ ਦਾ ਟੈਲੀਗ੍ਰਾਮ ਚੈਨਲ ਚਾਹੇ ਡਾਇਰੈਕਟਲੀ ਚਲੇ ਜਾਓ ਉਹਦੇ ਵਿੱਚ ਮੈਂ ਪੀਡੀਐਫ ਦਾ ਲਿੰਕ ਵੀ ਦਿਆ ਕਰੂੰਗਾ ਤੁਹਾਨੂੰ ਜਿਹੜੀ ਰੀਡਿੰਗ ਕਰਦੇ ਉਹਦੀ ਪੀਡੀਐਫ ਦਾ ਲਿੰਕ ਵੀ ਦਿਆ ਕਰੂੰਗਾ ਮੈਂ ਟੈਲੀਗ੍ਰਾਮ ਤੇ ਪਹਿਲਾਂ ਮੈਂ ਰੀਡਿੰਗ ਦੀ ਪੀਡੀਐਫ ਪਾ ਦੇਣਾ ਹੁੰਦਾ ਬਾਅਦ ਦੇ ਵਿੱਚ ਉਹਦੀ ਵੀਡੀਓ ਪਾਉਣਾ ਹੁੰਦਾ ਤਾਂ ਪਹਿਲੇ ਚਾਹੀਏ ਉਹ ਤੋਂ ਡਾਊਨਲੋਡ ਕਰਕੇ ਤੁਸੀਂ ਕਰ ਸਕਦੇ ਹੋਗੇ ਹਨ ਤੇ ਲਾਈਵ ਕਲਾਸ ਦੇ ਕਮੈਂਟਸ ਜਰੂਰ ਮੈਨੂੰ ਕਰਦੇ ਰਹੋ ਜਿੰਨੇ ਕ ਬੱਚੇ ਚਾਹੁੰਦੇ ਆ ਵੀ ਇੱਕ ਕਲਾਸ ਤੁਹਾਨੂੰ ਲਾਈਵ ਦਿਆ ਕਰੀਏ ਆਪਾਂ ਫ੍ਰੀ ਆਫ ਕੋਸਟ ਸੋ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਹਨ ਥੈਂਕ ਯੂ ਸੋ ਮਚ Enjoy your reading Hello everyone welcome to my online study my name is Simran ਤੇ ਅੱਜ ਆਪਾਂ ਕਰਾਂਗੇ I'll Academy Reading ਦਾ ਇੱਕ ਪੈਸੇਜ ਜਿਹਦਾ ਕੀ ਨੇਮ ਹੈ ਦੀ Chalk Powder basically ਇਸ ਪੈਰਾਗ੍ਰਾਫ ਪੈਸੇਜ ਦੇ ਵਿੱਚ ਆਪਾਂ ਨੂੰ chalk powder ਬਾਰੇ ਦੱਸਿਆ ਜਾਊਗਾ ਕੀ ਕੀ ਪ੍ਰੋਸੈਸਸਸ ਵਿਚ ਕੀ ਕੀ ਐਪਲੀਕੇਸ਼ਨ ਹੁੰਦੀ ਹੈ ਟਾਲਪਾਊਡਰ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਬਹੁਤ ਸਰੀ ਚੀਜ਼ਾਂ ਦੀ ਉਹਨਾਂ ਦੇ ਵਿੱਚ ਦੇਖੋ ਲਿਖਿਆ ਹੋਇਆ ਫ੍ਰਮ ਚੂਇੰਗ ਗਮ ਟੂ 올ਿਵ ਆਇਲ ਇੰਨਾ ਸਾਰੇ ਚੀਜ਼ਾਂ ਦੀ ਪ੍ਰੋਡਕਸ਼ਨ ਦੇ ਵਿੱਚ ਕੀ ਕੀ ਰੋਲ ਪਲੇ ਕਰਦਾ ਟਾਲਪਾਊਡਰ ਸਾਰਾ ਕੁਝ ਉਹਦੇ ਬਾਰੇ ਦੱਸਿਆ ਜਾਊਗਾ ਆਪਾਂ ਨੂੰ ਠੀਕ ਹੈ ਜੀ ਤਾਂ ਹੁਣ ਆਪਾਂ ਟਾਈਪਸ ਆਫ ਕੁਐਸਚਨ ਦੇਖ ਲੈਣੇ ਆ ਇਹਦੇ ਫਰਸਟ ਹੈਗੇ ਜੀ ਆਪਾਂ ਜਿਹੜੇ ਫੀਚਰਸ ਨੇ ਉਹਨਾਂ ਨੂੰ ਮੈਚ ਕਰਨਾ ਆ ਉਹਦੀਆਂ ਐਪਲੀਕੇਸ਼ਨਸ ਨਾਲ ਨੈਕਸਟ ਹੈਗੇ ਆਪਣਾ ਨੋ ਨੋ ਮੋਰ ਦੈਨ ਟੂ ਵਰਡਸ ਨਾਲ ਆਪਾਂ ਸਮਰੀ ਕੰਪਲੀਟ ਕਰਨੀ ਹੈ ਦੀ ਦੀ ਲਾਸਟ ਹੈ ਗਿਆ ਵਿਦ ਨੋ ਮੋਰ ਦਨ 3 ਵਰਡ ਨਾ ਪਰ ਡਾਇਰੈਕਟ ਕੁਐਸ਼ਨਸ ਦੇ ਡਾਇਰੈਕਟ ਆਨਸਰਸ ਦੇਣੇ ਨੇ ਠੀਕ ਹੈ ਜੀ ਤਾਂ ਪਹਿਲਾਂ ਆਪਾਂ ਕੁਐਸ਼ਨਸ ਪੜ੍ਹਨੇ ਸਟਾਰਟ ਕਰ ਦਿੰਨੇ ਆ ਇਹ ਹੈਗਾ ਚਿਊਇੰਗਮ ਮੈਨੂਫੈਕਚਰ ਆਲੀਵ ਆਇਲ ਐਕਸਟ੍ਰੈਕਸ਼ਨ ਤੇ ਫਰੂਟ ਕ੍ਰੌਪ ਪ੍ਰੋਟੈਕਸ਼ਨ ਹੁਣ ਟੈਲਕ ਦੇ ਫੀਚਰਸ ਦੱਸੋ ਫੀਚਰਸ ਦੇਖਦੇ ਆਪਾਂ ਯੂਜ਼ ਨੇ ਜਿਹੜੇ ਟੈਲਕ ਇਜ਼ ਯੂਜ਼ ਟੂ ਪ੍ਰੀਵੈਂਟ ਫ਼ੋਮਿੰਗ ਫ਼ੋਮਿੰਗ ਪ੍ਰੀਵੈਂਟ ਕਰਨ ਵਾਸਤੇ ਕਿਹੜੇ ਪ੍ਰੋਸੈਸ ਦੀ ਯੂਜ਼ ਹੁੰਦੀ ਹੈ ਪ੍ਰੀਵੈਂਟ ਸਟਿਕੀਨੈਸ ਸਟਿਕੀਨੈਸ ਪ੍ਰੀਵੈਂਟ ਕਰਨ ਵਾਸਤੇ ਮਤਲਬ ਚਿਪਚ ਪ੍ਰੋਡਕਸ਼ਨ ਨੂੰ ਬੂਸਟ ਕਰਨ ਲਈ ਕਿਹੜੇ ਚ ਯੂਜ਼ ਹੁੰਦਾ ਹੈ ਟਾਲਕ ਇਸ ਯੂਜ਼ਡ ਐਸ ਫਿਲਰ ਟੂ ਪ੍ਰੋਵਾਈਡ ਅ ਬੇਸ ਮਤਲਬ ਬੇਸ ਪ੍ਰੋਵਾਈਡ ਕਰਨ ਲਈ ਫਿਲਰ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਟਾਲਕ ਟਾਲਕ ਇਸ ਯੂਜ਼ਡ ਟੂ ਪ੍ਰੀਵੈਂਟ ਸਨਬਰਨ ਸਨਬਰਨ ਪ੍ਰੀਵੈਂਟ ਕਰਨ ਲਈ ਵਰਤਿਆ ਜਾਂਦਾ ਇਹਨੂੰ ਟਾਲਕ ਇਸ ਯੂਜ਼ਡ ਟੂ ਹੈਲਪ ਇਨਕਰੀਜ਼ ਦਾ ਸਾਈਜ਼ ਆਫ ਦਾ ਪ੍ਰੋਡਕਟ ਪ੍ਰੋਡਕਟ ਦਾ ਸਾਈਜ਼ ਵਧਾਉਣ ਲਈ ਪ੍ਰੋਡਕਟ ਦਾ ਸਾਈਜ਼ ਵਧਾਉਣ ਲਈ ਟਾਲਕ ਨੂੰ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਜੀ ਹੁਣ ਸਮਰੀ ਪੜਨੀ ਸਟਾਰਟ ਕਰਦੇ ਆਪਾਂ ਦ ਯੂਜ਼ ਆਫ ਟਾਰਕ ਪਾਊਡਰ ਇਨ ਦ ਆਲੀਵ ਆਇਲ ਇੰਡਸਟਰੀ ਮਤਲਬ ਆਲੀਵ ਆਇਲ ਇੰਡਸਟਰੀ ਦੀ ਗੱਲ ਹੋ ਰਹੀ ਹੈ ਤਾਂ ਉਸ ਤੋਂ ਪਹਿਲਾਂ ਆਪਣੀ ਇਹ ਸਮਰੀ ਲੱਗੂਗੀ ਨਹੀਂ ਜੀ ਠੀਕ ਹੈ ਜੀ ਇਨ ਸਪੇਨ ਹੈਜ਼ ਬੀਨ ਅਰਾਊਂਡ ਫॉर ਡੈਸ਼ ਇਅਰਸ ਮਤਲਬ ਕਿੰਨੇ ਸਾਲ ਹੈ ਕਿੰਨੇ ਸਾਲ ਦੀ ਹੈ ਸਪੇਨ ਦੇ ਵਿੱਚ ਆਲੀਵ ਆਇਲ ਇੰਡਸਟਰੀ ਆਪਾਂ ਉਹ ਆਨਸਰ ਦਵਾਂਗੇ ਇੱਥੇ ਠੀਕ ਹੈ ਜੀ ਅੱਗੇ ਦੇਖੋ ਇਟ ਇਜ਼ ਐਕਸਟ੍ਰੀਮਲੀ ਯੂਸਫੁਲ ਇਨ ਡੀਲਿੰਗ ਵਿਦ ਡਿਫਿਕਲਟ ਆਲਿਵਸ ਵਿਚ ਆਫਨ ਪ੍ਰੋਡਿਊਸ ਅ ਲੋਟ ਆਫ ਡੈਸ਼ ਡਿਊ ਟੂ ਹਾਈ ਕੰਟੈਂਟ ਆਫ ਸੋਲਿਡ ਮੈਟਰ ਮਤਲਬ ਬਹੁਤ ਯੂਸਫੁਲ ਹੁੰਦਾ ਟਾਲਕ ਦਾ 올ਿਵ ਇੰਡਸਟਰੀ ਦੇ ਵਿੱਚ ਕਿਉਂਕਿ ਡਿਫਿਕਲਟ 올ਿਵ ਦੇ ਵਿੱਚ ਡੀਲ ਕਰਨ ਦੀ ਮਤਲਬ ਹੈਲਪਫੁਲ ਹੁੰਦੀ ਹੈ ਕਿਉਂਕਿ ਜਿਹੜੇ ਡਿਫਿਕਲਟ 올ਿਵ ਹੁੰਦੇ ਆ ਉਹ ਬਹੁਤ ਜ਼ਿਆਦਾ ਕੀ ਪ੍ਰੋਡਿਊਸ ਕਰਦੇ ਨੇ ਇਹ ਦੱਸਾਂਗੇ ਆਪਾਂ ਕੀ ਜ਼ਿਆਦਾ ਬਹੁਤ ਜ਼ਿਆਦਾ ਕੀ ਪ੍ਰੋਡਿਊਸ ਕਰਦੇ ਨੇ ਇਹ ਦੱਸਾਂਗੇ ਆਪਾਂ 듀 ਟੂ ਹਾਈ ਕੰਟੈਂਟ ਆਫ ਸੋਲਿਡ ਮੈਟਰ ધ ਟ੍ਰੈਡੀਸ਼ਨਲ ਮੈਥਡ ਆਫ ਆਇਲ ਐਕਸਟ੍ਰੈਕਸ਼ਨ ਆਇਲ ਐਕਸਟ੍ਰੈਕਸ਼ਨ ਦਾ ਜਿਹੜਾ ਪੁਰਾਣਾ ਟ੍ਰੈਡੀਸ਼ਨਲ ਮੈਥਡ ਸੀ ਯੂਜ਼ਡ ਇਨ ਸਮ ਸਮਾਲਰ ਪਲਾਂਟਸ ਆਫਨ ਪ੍ਰੋਡਿਊਸਸ ਡੈਸ਼ ਜਿਹੜਾ ਕਿ ਕੁਝ ਕੁ ਛੋਟੇ ਪਲਾਂਟਸ ਦੇ ਵਿੱਚ ਯੂਜ਼ ਹੁੰਦਾ ਹੈ ਕੀ ਪ੍ਰੋਡਿਊਸ ਕਰਦੀ ਹੈ ਇਹ ਆਇਲ ਐਕਸਟ੍ਰੈਕਸ਼ਨ ਦਾ ਜਿਹੜਾ ਮੈਥਡ ਹੈ ਕੀ ਪ੍ਰੋਡਿਊਸ ਕਰਦਾ ਹੈ ਉਹ ਦੱਸਾਂਗੇ ਆਪਾਂ which contains emulsified oil and if it is directly disposed of it may be dash to environment matlab je directly dispose of ਕੀਤਾ ਜਾਊਗਾ डायरेक्टली ਆਪਾਂ ਉਹਨੂੰ ਸਿੱਟ ਦਾਂਗੇ ਤਾਂ এনवायरमेंटਲੀ ਕੀ ਹੋਊਗਾ ਆਪਾਂ ਇਹ ਦੱਸਾਂਗੇ because it can not dash matlab ਕਿਉਂਕਿ ਕਿਉਂ এনवायरमेंटਲੀ ਖਤਰਾ ਆਏਗਾ ਕਿਉਂਕਿ ਉਹ ਕੀ ਨਹੀਂ ਹੋ ਸਕਦਾ cannot dash but adding talc powder can absorb the emulsifier and increase the production because of the because of the size because of the size of oil dash theek hai ji matlab je aap talc powder use karange is de vich taan karke oh emulsifier nu absorb kar lo te production nu increase kar lunga theek hai ji because the size of oil dash kida size bare gal kiti gaya aap oh dekhanga next dekho 13th question ਵਟ ਆਰ ਦ ਲਾਸਟ ਟੂ ਸਟੇजेस ਲਾਸਟ ਟੂ ਸਟੇजेस ਪੁੱਛਿਆ ਆਪਣੇ ਤੋਂ ਕਿਹੜੀਆਂ ਲਾਸਟ ਟੂ ਪ੍ਰੋਸੈਸ ਚੂਇੰਗਮ ਮੈਨੂਫੈਕਚਰਿੰਗ ਪ੍ਰੋਸੈਸ ਦੇ ਲਾਸਟ ਦੋ ਪ੍ਰੋਸੈਸ ਪੁੱਛੇ ਨੇ ਆਪਣੇ ਤੋਂ ਉਹ ਉਹ ਦੇਖਾਂਗੇ ਆਪਾਂ ਇੱਥੇ ਵਿੱਚ 14th ਦੇਖੋ ਵਿੱਚ ਗਰੁੱਪ ਆਫ ਫਾਰਮਰਸ ਡਸ ਇਨਵੈਲਪ ਇੰਟੈਂਡ ਟੂ ਟਾਰਗੇਟ ਨੈਕਸਟ ਮਤਲਬ ਅੱਗੇ ਕਿਹੜੇ ਗਰੁੱਪ ਆਫ ਫਾਰਮਰਸ ਇਨਵੈਲਪ ਇੰਟੈਂਡ ਕਰਦਾ ਟਾਰਗੇਟ ਕਰਨ ਲਈ ਠੀਕ ਹੈ ਜੀ ਤਾਂ ਇਹ ਆਪਣੇ ਕੁਐਸਚਨ ਸੀਗੇ ਹੁਣ ਆਪਾਂ ਪੈਰਾਗ੍ਰਾਫ ਪੜ੍ਹਨੇ ਸਟਾਰਟ ਕਰਦੇ ਹਾਂ ਤਾਂ ਦੇਖੋ ਜੀ ਜਿਹੜੇ ਆਪਣੇ ਫਰਸਟ ਦੋ ਪੈਰਾਗ੍ਰਾਫ ਨੇ ਹੋਣਾ ਇਹ ਚ ਆਪਾਂ ਨੂੰ ਉਹਨਾਂ ਦੀ ਸਾਰਿਆਂ ਦੀ ਇੰਟਰੋਡਕਸ਼ਨ ਦਿੱਤੀ ਹੋਈ ਹੈ ਇਹਦੇ ਵਿੱਚ ਆਪਣਾ ਕੋਈ ਅੰਚ ਨਹੀਂ ਲੱਗੂਗਾ ਕਿਉਂਕਿ ਕੋਈ ਕੀਵਰਡ ਨਹੀਂ ਮੈਚ ਹੋ ਰਿਹਾ ਇਹਦੇ ਵਿੱਚ ਸਿਰਫ ਉਹਦੀ ਦੱਸਿਆ ਹੋਇਆ ਫਰੈਂਚ ਪਾਇਰਨੀ 17 ਮੀਟਰ ਅਬੋਵ ਸੀ ਲੈਵਲ ਸਾਰੀਆਂ ਫालतू ਗੱਲਾਂ ਲਿਖੀਆਂ ਹੋਈਆਂ ਇਹਨਾਂ ਦੋ ਪੈਰਾਗ੍ਰਾਫਸ ਠੀਕ ਹੈ ਜੀ ਤਾਂ ਆਪਾਂ ਸੀ ਪੈਰਾਗ੍ਰਾਫ ਤੋਂ ਪੜਨਾ ਸ਼ੁਰੂ ਕਰਾਂਗੇ ਇਸ ਪੈਸੇਜ ਨੂੰ ਸੀ ਪੈਰਾਗ੍ਰਾਫ ਤੋਂ ਪੜੋ ਦੇਖੋ ਬਟ ਹਾਊ ਇਸ ਟਾਰਕ ਐਕਚੁਅਲੀ ਯੂਜ਼ਡ ਇਨ ਦਾ ਮੈਨੂਫੈਕਚਰ ਆਫ ਚਿਊਇੰਗਮ ਚਿਊਇੰਗਮ ਦੀ ਗੱਲ ਅਨਸਰ ਜਿਹੜਾ ਡਾਇਰੈਕਟ ਕੁਐਸਚਨ ਦਾ ਉਹ ਵੀ ਲੱਗ ਸਕਦਾ ਤੇ ਆਪਣਾ ਲਿਸਟ ਆਫ ਐਪਲੀਕੇਸ਼ਨ ਵੀ ਲੱਗ ਸਕਦਾ ਫੀਚਰ ਜਿਹੜੇ ਮੈਚ ਕਰਨੇ ਆਪਾਂ ਉਹ ਵੀ ਲੱਗ ਸਕਦਾ ਇੱਕ ਅੰਦਾ ਟੈਟ੍ਰਿਕ ਡੇਲਾਰਡ ਐਨ ਇੰਜੀਨੀਅਰ ਵਿਦ ਅ ਡਿਗਰੀ ਇਨ ਐਗਰੋਨੋਮਿਕਸ ਹੂ ਹੈਜ਼ ਬੀਨ ਵਿਦ ਲੂਜ਼ੀਨੈਕ ਫਾਰ 22 ইয়ারਸ ਐਂਡ ਇਸ ਨਾਓ ਸੀਨੀਅਰ ਮਾਰਕੀਟ ਡਿਵੈਲਪਮੈਂਟ ਮੈਨੇਜਰ ਐਗਰੀਕਲਚਰ ਐਂਡ ਫੂਡ ਇਨ ਯੂਰਪ ਐਕਸਪਲੇਨਸ ਦੈਟ ਚੂਇੰਗ ਗਮਸ ਹੈਜ਼ 4 ਮੇਨ ਕੰਪੋਨੈਂਟਸ ਮਤਲਬ ਚੂਇੰਗ ਗਮਸ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ 4 ਮੇਨ ਕੰਪੋਨੈਂਟਸ ਹੁੰਦੇ he says it's the gum base that puts the chew into chewing gum it binds all the ingredients together creating a soft smooth texture so there the manufacturer then adds sweeteners softeners and flavorings a talc is used as filler in the gum base matlab jehda apna talc hai oh filler di tarah use hunda hai gum base de vich kithe chewing gum banon vele ta apna jehda ji fourth question hai fourth question da answer lag juga ki apna a option fourth answer is a option ठीक है जी अगे देखो द अमाउंट वेरीज बिटवीन से टेन एंड थर्टी फाइव डिपेंडिंग ऑन द टाइप ऑफ गम फ्रूट फ्लेवर चुईंग गम फॉर एग्जाम्पल इज स्लाइटली एसिडिक एंड वुड रिएक्ट विद द कैल्शियम कार्बोनेट दैट द मैन्युफैक्चर माइट अदरवाइज अदरवाइज यूज एज फिलर टार्क ऑन द अदर हैंड मेक्स एन आइडल फिलर बिकॉज इट इज नॉन रिएक्टिव केमिकली इन द फैक्ट्री chalk is also used to dust the gum base pellets and to stop the chewing gum sticking during and to stop matlab ki karn layi jida chewing gum da sticking sticky pan hunda hai chipchipa pan hunda hai oh stop karan di koshish karda hai theek hai ji ta ik sticky wala question vi si na apna jida apna second question hai ta ida answer vi apna ji chewing gum manufacturing lag jua kyunki chewing gum wali industry de vich hi gall hoyi hai stickiness di ta kai ke apna second da answer vi aju gadi a option ठीक है जी अगे देखो ड्यूरिंग द लैमीनेशन एंड पैकेजिंग प्रोसैस द लॉर्ड एड्स लास्ट प्रोसैस कह करके लैमीनेशन तो पैकेजिंग प्रोसैस लैमीने लैमीनेशन तो पैकेजिंग बाद कुछ करें न हो जो तो पैक ही होगी चोइंगम तो सिर्फ मार्केटली वेचन तो मैनुफैक्चर द लास्ट स्टैप किगे जी लैमीनेशन एंड पैकिंग अपना जोड़ा थर्टीन आंसर है जी वह आऊगा लैमीनेशन एंड पैकिंग ठीक है जी अगे देखो अगला पैराग्राफ पढ़ते हैं द चुइंगम बिजनेस इज हाउ एवर जस्ट वन एग्जाम्पल ऑफ टास्क क्र इन द फूड सैक्टर फॉर द पास्ट ट्वेंटी ईयरस आर सो ऑलिव ऑयल प्रोसैसर इन स्पेन मतलब स्पेन के ऑलिव ऑयल प्रोसैसर बना ऑलिव ऑयल जो बनाते हैं इंडस्ट्री किन्ने साल की है भी साल की है जी ठीक है जी तो अपना एक आंसर लगेगा इतों सैवंथ आंसर जो कि आंसर आऊगा जी ट्वेंटी ਠੀਕ ਹੈ ਜੀ 20 ਇਅਰਸ ਤੋਂ ਸਪੈਨ ਦੇ ਵਿੱਚ ਆਲਿਵ ਆਇਲ ਇੰਡਸਟਰੀ ਅੱਗੇ ਦੇਖੋ ਹੈਵ ਬੀਨ ਟੇਕਿੰਗ ਐਡਵਾਂਟੇਜ ਆਫ ਟਾਲਕਸ ਯੂਨੀਕ ਕੈਰੈਕਟ੍ਰਿਸਟਿਕਸ ਟੂ ਹੈਲਪ ਥੈਮ ਬੂਸਟ ਦਾ ਅਮਾਉਂਟ ਆਫ ਆਇਲ ਥੈ ਐਕਸਟ੍ਰੈਕਟ ਫ্রম ਕ੍ਰਸ਼ਡ ਆਲੀਵਜ਼ ਅਕੋਰਡਿੰਗ ਟੂ ਪੈਟ੍ਰਿਕ ਦਿ ਆਲਡ ਦਿ ਲਾਰਡ ਟਾਲਕ ਇਜ਼ ਸਪੈਸ਼ਲੀ ਯੂਸਫੁਲ ਫਾਰ ਟਰੀਟਿੰਗ ਵਾਟ ਹੀ ਕਾਲਸ ਡਿਫਰੈਂਟ ਡਿਫਿਕਲਟ ਆਲੀਵਜ਼ ਆਫਟਰ ਦਾ ਆਲੀਵਜ਼ ਆਰ ਹਾਰਵੈਸਟਡ ਡਿਫਿਕਲਟ 올ਿਵ ਦੀ ਗੱਲ ਹੋ ਰਹੀ ਸੀ ਨਾ ਇੱਥੇ ਕਾਉਂਸਲ ਸਮਰੀ ਚ ਵੀ ਡਿਫਿਕਲਟ 올ਿਵ ਦੀ ਗੱਲ ਹੋ ਗਈ ਹੈ ਦੇਖੋ ਇਹ ਬਹੁਤ ਯੂਸਫੁਲ ਹੁੰਦੇ ਨੇ ਡਿਫਿਕਲਟ 올ਿਵਸ ਦੇ ਲਈ ਜਿਹੜੇ ਕਿ ਬਹੁਤ ਜ਼ਿਆਦਾ ਕੀ ਪ੍ਰੋਡਿਊਸ ਕਰਦੇ ਨੇ ਆਪਾਂ ਉਹ ਦੇਖਾਂਗੇ ਆਫਟਰ ਦਾ 올ਿਵਸ ਇੱਥੇ ਜੀ ਕੁਝ ਵੀ ਐ ਨਹੀਂ ਦੱਸਿਆ ਕਿ ਜਿਹੜੀ ਡਿਫਿਕਲਟ 올ਿਵਸ ਨੇ ਉਹ ਕੀ ਪ੍ਰੋਡਿਊਸ ਕਰਦੇ ਨੇ ਅੱਗੇ ਪੜਾਂਗੇ ਆਫਟਰ ਦਾ 올ਿਵਸ ਆਰ ਹਾਰਵੈਸਟਡ ਪ੍ਰੈਫਰੈਬਲੀ ਅਰਲੀ ਇਨ ਦਾ ਮਾਰਨਿੰਗ ਬਿਕਾਉਜ਼ ਦ ਟੇਸਟ ਇਜ਼ ਬੈਟਰ ਇਫ ਦੇ ਆਰ ਗੈਦਰਡ ਇਨ ਦਾ ਕੋਲ ਆਫ ਦਾ ਡੇ they are taken to the processing plant there they are crushed and then stirred for 30 to 45 minutes in the old days the resulting paste was passed through an olive press but nowadays it's more common to add water and centrifuge the mixture to separate the water and oil from the solid metal. the oil and water are then allowed to settle so that olive oil layer can be decanted off and bottled bottled difficult olives are those that are more re reluctant than the normal to yield up their full oil content this may be attributable to the particular species of olive or to its water content and time of the year the olives are collected at the beginning and the end of the season their water content is often either too high or too low ethe apan usair for the keve bandia olives ode bare process de bare jankari ditti hui hai theek hai ji keep produce karde ne difficult olives eh cheez apan nu kithe nahi given hai ji ਅੱਗੇ ਦੇਖੋ ðiis olives are easy to recognize ਮਤਲਬ ਜਿਹੜੇ ਡਿਫਿਕਲਟ olives ਹੁੰਦੇ ਨੇ ਉਹ ਦੇਖਣ ਨੂੰ ਆਸਾਨੀ ਨਾਲ ਮਿਲ ਜਾਂਦੇ ਨੇ ਆਪਾਂ ਨੂੰ ਬਿਕਾਜ਼ ਦੇ ਪ੍ਰੋਡਿਊਸ ਅ ਲੋਟ ਆਫ ਐਕਸਟਰਾ ਫੋਮ ਮਤਲਬ ਉਹ ਕੀ ਪ੍ਰੋਡਿਊਸ ਕਰਦੇ ਨੇ ਜੀ ਬਹੁਤ ਸਾਰੀ ਐਕਸਟਰਾ ਫੋਮ ਲੋਟ ਆਪਾਂ ਨੂੰ ਇੱਥੇ ਕੀਵਰਡ 기ਵਨ ਹੀ ਆਪਣਾ ਤੇ ਕੀ ਪ੍ਰੋਡਿਊਸ ਕਰਦੇ ਨੇ ਉਹ ਐਕਸਟਰਾ ਫੋਮ ਇਸ ਦੇ ਵਿੱਚ ਜਾਂ ਤਾਂ ਆਪਣਾ ਕੱਲਾ ਅੰਦਰ ਫੋਮ ਆ ਸਕਦਾ ਜਾਂ ਐਕਸਟਰਾ ਫੋਮ ਐਕਸਟਰਾ ਆਪਣਾ ਆਪਸ਼ਨਲ ਹੈ ਫੋਮ री है ठीक है जी अगर देखो ट्रडिशनल मैथड है जो समॉलर प्लांट्स की प्रोड्यूस करते हैं आप देखा ड्यूरिंग द स्टरिंग प्रोसैस ऑफ एन एक्सैस सॉलिड दैट एक्ट एज अ अचुरल एमाल हूँ इतों अपना एक होर आंसर लग जी देखो टाल्क इज यूज टू प्रिवेंट फोमिंग फोमिंग की गल की ऑलिव ऑयल एक्सट्रैक्शन हुई है ना जी Ta apna bida, uh, sorry, first da answer thi, B option. First answer is B option. Thi, nu prevent used on apna. A consequence of an excess of a fine solid that acts as a natural emulsifier, the oil in this emulsion is lost when the water is disposed of. Not only that, if the wastewater is disposed of directly into the local fields often the case in many smaller processing operation smaller processing operation matlab smaller processing ਜਿਹੜੇ ਆਪਰੇਸ਼ਨਸ ਹੁੰਦੇ ਨੇ ਉਹ ਕੀ ਪ੍ਰੋਡਿਊਸ ਕਰਦੇ ਨੇ ਵੇਸਟ ওয়াਟਰ ਪ੍ਰੋਡਿਊਸ ਕਰਦੇ ਨੇ ਦੀ ਤਾਂ ਆਪਣਾ ਵੇਸਟ ওয়াਟਰ ਇੱਕ ਆਨਸਰ ਆ ਜਾਊਗਾ ਨਾਇੰਥ ਦਾ ਆਨਸਰ ਆ ਜਾਊਗਾ ਜੀ ਵੇਸਟ ওয়াਟਰ ਜਿਹੜਾ ਕਿ emulsified oil ਹੁੰਦਾ ਜਿਨ੍ਹਾਂ ਦੇ ਵਿੱਚ ਵੇਸਟ ওয়াਟਰ ਆਪਣਾ ਆਨਸਰ ਆ ਜਾਊਗਾ ਇਟ ਮੇ ਬੀ ਡੈਸ਼ ਟੂ ਦਾ এনवायरमेंट ਜੋ ਡਾਇਰੈਕਟਲੀ ਡਿਸਪੋਜ ਬਾਹਰ ਕੱਢੇ ਜਾਣ ਤਾਂ এনवायरमेंटਲੀ ਕੀ ਹੋਣਗੇ ਉਹ ਆਪਾਂ ਇਹ ਦੇਖਣਾ ਹੁਣ ਦ ਇਮਲਸੀਫਾਈਡ ਆਇਲ ਮੇ ਟੇਕ ਸਮ ਟਾਈਮ ਟੂ ਬਾਇਓ ਡੀਗ੍ਰੇਡ ਐਂਡ ਸੋ ਬੀ ਹਾਰਮਫੁਲ ਟੂ ਦਾ এনवायरमेंट ਕੀ ਹੁੰਦੇ এনवायरमेंटਲੀ ਹਾਰਮਫੁਲ ਹੁੰਦੇ ਆ ਜੀ ਤਾਂ ਆਪਣਾ 10th ਦਾ ਆਨਸਰ ਆ ਗਿਆ ਜੀ ਹਾਰਮਫੁਲ ਠੀਕ ਹੈ ਜੀ ਬਿਕੋਜ਼ ਇਟ ਕੈਨ ਨਾਟ ਡੈਸ਼ ਮਤਲਬ ਉਹ ਕੀ ਨਹੀਂ ਹੋ ਸਕਦਾ ਕਿਉਂਕਿ ਕਿਉਂਕਿ ਉਹ बायोडीग्रेड नहीं होंगे जी बहुत टाइम लगाते बायोडीग्रेड होने इतों अपना इलेवंथ आंसर आ गया जी बायोडीग्रेड ठीक है जी बट एडिंग ट्रैक पाउडर कैन एब्जॉर्ब द एमलसीफायर एंड इनक्रीज द प्रोडक्शन बिकॉज द साइज ऑफ ऑयल डैश मतलब कहदे साइज करके वो प्रोडक्शन इंक्रीज कर सकते हैं ये देखते हूँ आप इफ यू एड बिटवीन हाफ एंड टू प्रेजेंट ऑफ टार्क बाय वेट ड्यूरिंग द स्टरिंग प्रोसेस इट द एबजॉर्वचुरल इमलसीफायर इन द ऑलिवज एंड सो बूस द अमाउंट ऑफ ऑयल यू कैन एक्सट्रैक्ट अगे देखो सेज द लॉर्ड इन एडिशन टाक्स फ्लैट प्लेटी स्कल स्ट्रक्चर हेल्थ इंक्रीज द साइज ऑफ ऑयल ड्रॉपलैट्स साइज इंक्रीज करने हेल्प करते हैं ऑयल द ड्रॉपलैट्स का करके अपना जी जो ट्वेल्थ का आंसर है वह आजगा ड्रॉपलैट्स ਠੀਕ ਹੈ ਜੀ ਅੱਗੇ ਦੇਖੋ ਲਿਬ੍ਰੇਟੀ ਡੂਰਿੰਗ ਸਟਰਿੰਗ ਐਂਡ which again improves the yield improves the yield ਮਤਲਬ yield ਨੂੰ ਵਧਾਉਣਾ ਪੈਦਾਵਾਰ ਨੂੰ ਵਧਾਉਣਾ ਪੈਦਾਵਾਰ ਨੂੰ ਵਧਾਉਣਾ ਕੀ ਕਹਿ ਸਕਦੇ ਆਪਾਂ ਪ੍ਰੋਡਕਸ਼ਨ ਨੂੰ ਵਧਾਉਣਾ ਹਨਾ ਤਾਂ ਪ੍ਰੋਡਕਸ਼ਨ ਨੂੰ ਵਧਾਉਣ ਵਾਲਾ ਆਪਣਾ ਕੁਸ਼ਚਨ ਹੈ ਜਿਹੜਾ ਥਰਡ ਕੁਸ਼ਚਨ ਉਹਦਾ ਆਨਸਰ ਆਊਗਾ ਜੀ ਬੀ ਆਪਸ਼ਨ 올ਿਵ ਆਇਲ ਐਕਸਟ੍ਰੈਕਸ਼ਨ ਥਰਡ ਆਨਸਰ ਇਜ਼ ਬੀ ਆਪਸ਼ਨ ਠੀਕ ਹੈ ਜੀ नाल लग रहे ना अपने तो इस तरह ही आप कर पढ़ो हाउ एवर बिकॉज टाल इनर्ट इट डज नॉट इफेक्ट द कलर रिजल्टिंग ऑलिव ऑयल इतना कोई आंसर नहीं है अगर पढ़ते हैं कि पता मिल जाए आपको कोई आंसर

ਫਰੂਟ ਕ੍ਰੌਪ ਪ੍ਰੋਟੈਕਸ਼ਨ ਠੀਕ ਹੈ ਜੀ ਫਰੂਟ ਕ੍ਰੌਪ ਪ੍ਰੋਟੈਕਸ਼ਨ ਵਾਲੀ ਕੇਸ ਦੇ ਵਿੱਚ ਗੱਲ ਹੋ ਰਹੀ ਹੈ ਨਾ ਸੰਬੰਧੀ ਤਾਂ ਜੇ ਲਾਉਣਾ ਆਪਾਂ ਇੱਥੋਂ ਵੀ ਲਾ ਸਕਦੇ ਆ ਨਹੀਂ ਇਹਦੀ ਗੱਲ ਅੱਗੇ ਵੀ ਹੋ ਸਕਦੀ ਹੈ ਜੀ ਤਾਂ ਆਪਣਾ ਇਹਦਾ ਸੀ ਆਪਸ਼ਨ ਹੋਗਾ ਫਿਫਥ ਦਾ ਹਾਊਏਵਰ ਇਨ ਦੀ ਕੇਸ ਆਫ ਫਰੂਟ ਇਟਸ ਨਾਟ ਮੱਚ দ্য ਅਲਟਰਾਵਾਈलेट ਰੇਜ਼ ਵਿਚ ਹਰਮ ਦਾ ਕ੍ਰੌਪ ਐਸ ਦਾ ਹਾਈ ਸਰਫੇਸ ਟੈਂਪਰੇਚਰ ਦੈਟ ਦਾ ਸਨਸ ਰੇਜ਼ ਕ੍ਰੀਏਟ To combat this, farmers normally normally use either chemicals or spray a continuous fire, fine canopy of mist above the fruit trees or bushes. The trouble is, this uses a lot of water, normally a precious commodity in hot, sunny areas, and it is therefore expensive. What's more, the ground can quickly become waterlogged. So our idea was to coat the fruit with tar to protect it from the sun. This Greg Hunter, a marketing specialist, who has been the with Luznek for 10 years but to do this several technical challenges had first to be overcome Tack is very hydrophobic it doesn't like water so in order to have a viable product we needed a wettable powder something that would go red, uh, readily into suspension so that इतने अपना जी पूरे पैराग्राफ परे च कोई भी अपना कीवर्ड नहीं लग रहा था इन्होंने दो पैराग्राफ चो दोबारा अपना कोई भी आंसर नहीं लगेगा ठीक है जी तो हम आप आवला क्वेश्चन पढ़ते हैं सॉरी पैराग्राफ इनिशियल ट्रायल्स मिल गया ਇਸ ਤੋਂ ਪਰੇ ਇਨੀਸ਼ੀਅਲ ਟ੍ਰਾਇਲਸ ਇਨ ਦ ਸਟੇਟ ਆਫ ਵਾਸ਼ਿੰਗਟਨ ਇਨ 2003 ਸ਼ੋਅਡ ਦੈਟ ਵੈਨ ਦ ਪ੍ਰੋਡਕਟ ਵਾਸ ਸਪਰੇਡਡ ਔਨ ਟੂ ਗ੍ਰੇਨੀ ਸਮਿਥ ਐਪਲਸ ਇਟ ਰਿਡਿਊਸ ðiਰ ਸਰਫੇਸ ਟੈਂਪਰੇਚਰ ਐਂਡ ਲੋਅਰਡ ਦ ਇਨਸੀਡੈਂਸ ਆਫ ਸਨਬਰਨ ਬਾਈ ਅਪ ਟੂ 60 ਪਰਸੈਂਟ ਫਰੂਟ ਕ੍ਰੌਪ ਕ੍ਰੌਪ ਪ੍ਰੋਟੈਕਟਿਵ ਹੋ ਰਹੀ ਹੈ ਨ ਵੀ ਸਨ ਬਨ ਰਿਡਿਊਸ ਕਰ ਦਿਆ ਉਹ ਪ੍ਰੀਵੈਂਟ ਕਰਦਾ ਹੈ ਤਾਂ ਆਪਣਾ ਜਿਹੜਾ 5th ਦਾ ਆਨਸਰ ਸੀ ਸੀ ਆਪਸ਼ਨ ਉਹ ਸਹੀ ਸੀ ਫਰੂਟ ਕ੍ਰੌਪ ਪ੍ਰੋਟੈਕਸ਼ਨ ਅੱਗੇ ਦੇਖੋ थ क्वेश्चन लग जुग मैसीम एस पी एफ इन इट से यूएस मार्केट एप्पल ग्रोवर्स आर द प्राइमरी टारगेट ऑल दो हंडर बिलवस ग्रेप ग्रोवर्स रिप्रजेंट एन अदर सैक्टर विद लॉन्ग टर्म पोटेंशियल मतलब uh, कि टारगेट है टारगेट है ਪ੍ਰਾਇਮਰੀ ਟਾਰਗੇਟ ਨਹੀਂ ਆਊਗਾ ਉਹਨਾਂ ਨੇ ਕਿਹਾ ਵੀ ਪ੍ਰਾਇਮਰੀ ਟਾਰਗੇਟ ਉਹਨਾਂ ਦਾ ਹੁਣ ਐਪਲ ਉਹ ਹੈ ਮਤਲਬ ਐਪਲ ਗਰੋਅਰਸ ਨਹੀਂ ਪਰ ਉਹ ਗ੍ਰੇਪ ਗਰੋਅਰ ਨੂੰ ਟਾਰਗੇਟ ਕਰਨਾ ਚਾਹਣਗੇ ਕਿਉਂਕਿ ਗ੍ਰੇਪ ਗਰੋਅਰਸ ਕੋਲ ਜ਼ਿਆਦਾ ਪੋਟੈਂਸ਼ੀਅਲ ਹੈ ਠੀਕ ਹੈ ਜੀ ਨੈਕਸਟ ਕੌਣ ਕਰਨਾ ਚਾਹਣਗੇ ਉਹ ਗ੍ਰੇਪ ਗਰੋਅਰਸ ਨੂੰ ਐਪਲ ਗਰੋਅਰਸ ਤਾਂ ਹੁਣ ਟਾਰਗੇਟ ਕਰ ਰਹੇ ਨੇ ਨੈਕਸਟ ਕੌਣ ਕਿਹਨੂੰ ਕਰਨਾ ਚਾਹਣਗੇ ਗ੍ਰੇਪ ਗਰੋਅਰਸ ਨੂੰ ਤਾਂ ਆਪਣਾ 14ਵਾਂ ਅਨਸਰ ਆ ਜਾਊਗਾ ਜੀ ਗ੍ਰੇਪ ਗਰੋਅਰ ਠੀਕ ਹੈ ਜੀ ਸਪਨਾ 6th ਕੁਸ਼ਚਨ ਰਹਿ ਗਿਆ ਜਿਹੜਾ ਇਨਕਰੀਸ ਦਾ ਸਾਈਜ਼ ਆਫ ਦਾ ਪ੍ਰੋਡਕਟ ਇਹਦਾ ਅਨਸਰ ਆਪਾਂ ਮਿਸ ਕਰਤਾ ਪਿੱਛੇ ਆਉਣਾ ਸੀਗਾ ਜੀ ਇਹਦਾ ਅਨਸਰ ਇਹਦਾ ਅਨਸਰ ਇਹ ਟੂ ਆਊਗਾ ਜੀ ਹੈਲਪ ਇਨਕਰੀਸ ਦਾ ਸਾਈਜ਼ ਮਤ ਮਿਲ ਗਿਆ ਜੀ ਮਤਲਬ ਸਾਈਜ਼ ਨੂੰ ਇਨਕਰੀਜ਼ ਕਰਨ ਮਤਲਬ ਕਰ ਦੇਊਗਾ ਇਹ ਕੀ ਦੀ ਗੱਲ ਹੋ ਰਹੀ ਹੈ ਜੀ 올ਿਵ ਆਇਲ ਐਕਸਟ੍ਰੈਕਸ਼ਨ ਦੀ ਹੀ ਗੱਲ ਹੋ ਰਹੀ ਹੈ ਤਾਂ ਆਪਣਾ 6th ਦਾ ਵੀ ਆਨਸਰ ਆ ਜਾਊਗਾ ਜੀ ਬੀ ਆਪਸ਼ਨ 6th ਆਨਸਰ ਇਜ਼ ਆਲਸੋ ਬੀ ਠੀਕ ਹੈ ਜੀ ਜਿਹੜਾ ਆਪਣਾ ਇਹ ਪੈਸੇਜ ਹੈ ਕੰਪਲੀਟ ਹੁੰਦਾ ਜੇ ਆਪਾਂ ਹੁਣ ਓਵਰਆਲ ਗੱਲ ਕਰੀਏ ਪੈਸੇਜ ਦੀ ਤਾਂ ਇਹਦਾ ਲੈਵਲ ਮੈਂ ਬਿਲਕੁਲ ਈਜ਼ੀ ਕਹੂੰਗਾ ਈਜ਼ੀਲੀ ਆਪਣੇ 14 ਆਊਟ ਆਫ 14 ਜਾਂ 13 ਜਿੰਨੇ ਵੀ ਕੁਐਸਚਨ ਨੇ ਈਜ਼ੀਲੀ 14 ਆਊਟ ਆਫ 14 ਕੁਐਸਚਨਸ ਕਰੈਕਟ ਹੋ ਸਕਦੇ ਨੇ ਠੀਕ ਹੈ ਜੀ ਜੀ ਆਪਾਂ ਨੂੰ ਥੋੜੀ ਬਹੁਤ ਵੀ ਮਤਲਬ ਬਹੁਤ ਹੀ ਥੋੜੀ ਇਨਫੋਰਮੇਸ਼ਨ ਐ ਸਿਨੋਨਿਮਸ ਦੀ ਜਾਂ ਵੋਕੈਬਲਰੀ ਦੀ ਫੇਰ ਵੀ ਆਪਣੇ ਸਾਰੇ ਦੇ ਸਾਰੇ ਕੁਐਸਚਨਸ ਕਰੈਕਟ ਹੋ ਸਕਦੇ ਨੇ ਈਜ਼ੀ ਟੌਪਿਕਸ ਏ ਈਜ਼ੀ ਪੈਸੇਜ ਸੀਗਾ ਠੀਕ ਹੈ ਜੀ ਸਾਰੇ ਮਤਲਬ ਸਿੱਧੇ ਸਿੱਧੇ ਲਾਈਨਾਂ ਹੀ ਗਿਵਨ ਸੀਗੀਆਂ ਆਪਾਂ ਨੂੰ ਠੀਕ ਹੈ ਜੀ ਸੋ ਯਾ ਜੇ ਇਹਦਾ ਤੁਹਾਨੂੰ ਪੀਡੀਐਫ ਚਾਹੀਦਾ ਤਾਂ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜੇਗਾ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਅਵੇਲੇਬਲ ਹੋਗਾ ਤੁਸੀਂ ਉੱਥੇ ਜਾ ਕੇ ਸਾਡੇ ਚੈਨਲ ਜੁਆਇਨ ਕਰ ਸਕਦੇ ਹੋ ਤੁਹਾਨੂੰ ਉੱਥੇ ਹਰੇਕ ਰੀਡਿੰਗ ਦਾ ਪੀਡੀਐਫ ਮਿਲੂਗਾ Keep on practicing. That's it for now. Thank you for watching the video.